ਬੜੇ ਟਕਾ ਨਾਲ ਆਪ ਜਿਵੇਂ ਗੁਰਬਾਣੀ ਸੁਣਦੇ ਹੋ ਇਹਨੂੰ ਮਨ 'ਚ ਵਸਾਓ। ਇਹਨਾਂ ਦੇਸ਼ਾਂ ਵਿੱਚ ਆ ਕੇ ਵੀ ਭਾਈ ਬੜਿਆਂ ਦਾ ਬੜਾ ਬੁਰਾ ਹਾਲ ਹੈ, ਕਈ ਪੜ੍ਹ ਪੜ੍ਹ ਕੇ ਕੱਢ ਚੁੱਕੇ ਹੈ, ਸ਼ਰਧਾਹੀਣ ਹੋ ਗਏ ਆ ਕਈ, ਇੱਦਾਂ ਦੀਆਂ ਗੱਲਾਂ ਸੁਣ ਸੁਣ ਕੇ ਸ਼ਰਧਾ ਹੀ ਖਤਮ ਹੋ ਗਈ। ਬੰਦੇ ਦੇ ਜਜ਼ਬਾਤ ਹੋਣੇ ਬੜੇ ਜ਼ਰੂਰੀ ਹੈ, ਉਹ ਤੁਹਾਡੇ ਜਜ਼ਬਾਤ ਨੇ ਜਿਹੜੇ ਉਹਨਾਂ ਨੂੰ ਡਰਾਈਵ ਗਿਆਨ ਕਰੇ। ਇਹ ਨਹੀਂ ਵੀ ਜਜ਼ਬਾਤ ਵੀ ਖਤਮ ਹੋ ਜਾਣ, ਅੰਦਰ ਦੀ ਭਾਵਨਾ ਵੀ ਖਤਮ ਹੋ ਜਾਏ, ਪਰ ਉਹ ਜਜ਼ਬਾਤਾਂ ਨੂੰ ਡਰਾਈਵ ਜਿਹੜਾ ਕਰੇ ਉਹ ਗੁਰੂ ਦਾ ਗਿਆਨ ਕਰੇ। ਅੰਦਰ ਭਾਵਨਾ, ਸ਼ਰਧਾ, ਪ੍ਰੇਮ ਹੋਣਾ ਚਾਹੀਦਾ। ਇਸ ਕਰਕੇ ਵੱਧ ਤੋਂ ਵੱਧ ਗੁਰਬਾਣੀ ਨੂੰ ਆਪ ਸਮਝ ਕੇ ਅਤੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਭਲਾ ਹੋਣਾ, ਅਤੇ ਨਹੀਂ ਤਾਂ ਇੱਥੇ ਆਪਾਂ ਰੁੱਖਾ ਰੁੱਖਾ ਨਾ ਕਰੋ ਪਿਆਰਿਓ। ਰੁੱਖਾ ਰੁੱਖਾ ਜਿਹਾ ਸਿਸਟਮ ਹੋਇਆ ਪਿਆ ਬਹੁਤ ਜ਼ਿਆਦਾ ਨਾ, ਅਸੀਂ ਕਦੇ ਇਹਨੂੰ ਸੁਣ ਲਓ, ਕਦੇ ਇਹਨੂੰ ਸੁਣ ਲਓ, ਸੁਣ ਸੁਣ ਕੇ ਫਿਰ ਕਈ ਬੰਦੇ ਸਿੱਧੀਆਂ ਹੀ ਗੱਲਾਂ ਕਈ ਇੱਦਾਂ ਦੀਆਂ ਕਰ ਜਾਂਦੇ ਹੈ ਕਿ ਬੜਾ ਰੁੱਖਾ ਜਿਹਾ ਸਿਸਟਮ ਹੋਇਆ ਪਿਆ। ਘਿਓ ਇਕੱਲਾ ਨਹੀਂ ਖਾਧਾ ਜਾਂਦਾ, ਜੇ ਸ਼ੱਕਰ ਘਿਓਰ ਲਾ ਲਈਏ ਨਾ ਫਿਰ ਖਾਧਾ ਜਾਂਦਾ। ਜਿਹੜੀ ਸ਼ਰਧਾ ਹੈ ਨਾ, ਗਿਆਨ ਇਕੱਲਾ ਵੀ ਜਿਹੜਾ ਹੁੰਦਾ ਹੈ ਇਹ ਕੋਰਾ ਗਿਆਨ ਵੀ ਬੜਾ ਭੈੜਾ, ਨਾਲ ਸ਼ਰਧਾ ਨਾਲ ਪਿਆਰ ਹੋਣਾ ਬੜਾ ਜ਼ਰੂਰੀ ਹੈ, ਪਰ ਗਿਆਨ ਦੇ ਨਾਲ ਸ਼ਰਧਾ ਹੋਵੇ। ਇਹ ਨਹੀਂ ਵੀ ਕਿਸੇ ਨੇ ਕਹਿ ਦਿੱਤਾ ਵੀ ਆ ਪਿੱਪਲ ਨੂੰ ਮੱਥਾ ਟੇਕ ਲਓ ਉੱਥੇ ਵੀ ਸ਼ਰਧਾ, ਕਬਰ 'ਤੇ ਮੱਥਾ ਟੇਕ ਲਓ ਇੱਥੇ ਵੀ ਸ਼ਰਧਾ, ਆ ਬਾਬੇ ਨੂੰ ਮੱਥਾ ਟੇਕ ਲਾ ਇੱਥੇ ਵੀ ਸ਼ਰਧਾ, ਹਰੇਕ ਥਾਂ 'ਤੇ ਸ਼ਰਧਾ। ਇਹ ਸ਼ਰਧਾ ਨਹੀਂ, ਜੋ ਗੁਰੂ ਸਾਹਿਬ ਕਹਿੰਦੇ ਹੈ ਉਹ ਗਿਆਨ ਹੈ ਜਿਹੜਾ, ਉਹ ਸ਼ਰਧਾ ਹੈ। ਗਿਆਨ ਦੇ ਉੱਤੇ ਭਰੋਸਾ ਰੱਖੋ ਵੀ ਗੁਰੂ ਸਾਹਿਬ ਨੇ ਜੋ ਕਹਿ ਦਿੱਤਾ ਬਸ ਸੱਚ ਹੈ, ਇਹ ਸ਼ਰਧਾ ਬਣਾ ਕੇ ਰੱਖੀਏ। ਪ੍ਰੇਮ ਭਾਵਨਾ ਦੇ ਕਦਮ ਹੋਣ, ਇਹ ਪੈਰਾਂ ਦਾ ਕੰਮ ਕਰਦਾ ਜਿਹੜਾ, ਪ੍ਰੇਮ ਭਾਵਨਾ ਹੁੰਦੀ ਹੈ, ਸ਼ਰਧਾ ਹੁੰਦੀ ਹੈ, ਅਤੇ ਗਿਆਨ ਹੈ ਜਿਹੜਾ ਇਹ ਅੱਖਾਂ ਦਾ ਕੰਮ ਕਰਦਾ। ਰੋਸ਼ਨੀ ਹੋਵੇ ਬਸ ਉਹਦੇ 'ਤੇ ਤੁਰੇ ਚੱਲੋ, ਗੁਰੂ ਜੀ ਜੋ ਕਹਿੰਦੇ ਹੈ ਪ੍ਰੇਮ ਭਾਵਨਾ ਬਣਾ ਕੇ ਅੰਦਰ ਤੁਰੇ ਚੱਲੋ, ਤੁਰੇ ਚੱਲੋ। ਬਾਬਿਆਂ ਦਾ ਖਿਹੜਾ ਛੱਡੋ, ਵਹਿਮ ਭਰਮ ਛੱਡੋ, ਪਖੰਡੀਆਂ ਬੂਬਣਿਆਂ ਕੋਲ ਨਾ ਜਾਓ। ਇਹ ਤਾਂ ਗੱਲ ਹੋ ਗਈ ਨਾ ਵੀ ਇੱਧਰੋਂ ਛਾਲ ਮਾਰ ਲਓ, ਇੱਧਰੋਂ ਤਾਂ ਛਾਲ ਮਾਰ ਲਈ, ਪਰ ਅਗਲਾ ਕੰਢਾ ਵੀ ਤਾਂ ਪਹੁੰਚਣਾ ਚਾਹੀਦਾ ਹੈ। ਨਾਮ ਨੂੰ ਹੋਂਦ ਨੂੰ ਤਾਂ ਫੀਲ ਕਰੋ, ਬਾਬਿਆਂ ਨੂੰ ਨਾਮ ਮੰਨੋ ਪਰ ਰੱਬ ਨੂੰ ਤਾਂ ਮੰਨੋ, ਪਰਮਾਤਮਾ ਦੀ ਹਸਤੀ ਨੂੰ ਤੇ ਹਾਜ਼ਰ ਸਮਝੋ। ਕਈ ਇੱਦਾਂ ਦੇ ਹੈ ਉਹਨਾਂ ਨੂੰ ਇੱਧਰੋਂ ਛਾਲ ਮਰਾਤੀ ਹੈ, ਅੱਗੇ ਵਾਲਾ ਕੰਢਾ ਸਮਝ 'ਚ ਨਹੀਂ ਆਇਆ, ਵਿੱਚ ਵਿਚਾਲੇ ਡੁੱਬ ਰਹੇ। ਮੈਂ ਵੇਖੇ ਰਹੇ ਬੰਦੇ ਇੱਦਾਂ ਦੇ, ਵਿੱਚ ਵਿਚਾਲੇ ਡੁੱਬ ਰਹੇ ਹੈ, ਸ਼ਰਧਾ ਵੀ ਟੁੱਟ ਗਈ, ਨਾ ਸਮਝ ਆ ਰਹੀ ਹੈ ਵੀ ਅੱਗੇ ਕੀ ਕਰੀਏ, ਪਰ ਪਰਮਾਤਮਾ ਨੂੰ ਤੇ ਹਾਜ਼ਰ ਨਾਜ਼ਰ ਸਮਝੀਏ। ਕਿਸੇ ਨਾਲ ਨਹੀਂ ਜੁੜਨਾ, ਪਰ ਰੱਬ ਨਾਲ ਤਾਂ ਜੁੜਨਾ। ਉਹ ਬੰਦਾ ਸਾਰਿਆਂ ਨਾਲੋਂ ਟੁੱਟ ਗਿਆ ਵੀ ਇਹਦੇ ਨਾਲੋਂ ਵੀ ਟੁੱਟ ਗਿਆ, ਕਬਰ ਨਾਲੋਂ ਵੀ ਟੁੱਟ ਗਿਆ, ਗੁੱਗਿਆਂ ਨਾਲੋਂ ਵੀ ਟੁੱਟ ਗਿਆ, ਬੰਦਿਆਂ ਨਾਲੋਂ ਵੀ ਟੁੱਟ ਗਿਆ, ਸਾਧਾਂ ਨਾਲੋਂ ਵੀ ਟੁੱਟ ਗਿਆ, ਸਾਰਾ ਕੁਝ ਟੁੱਟ ਗਿਆ, ਪਰ ਟੁੱਟਿਆ ਹੀ ਤੁਰਿਆ ਫਿਰਦਾ। ਰੱਬ ਨਾਲ ਜੁੜ ਕੇ ਫਿਰ ਛੱਡ ਦਿਓ ਸਾਰਾ ਕੁਛ, ਟੁੱਟ ਟੁੱਟ ਜਾਏ ਸਾਰਾ ਕੁਛ, ਬਹੁਤ ਚੰਗਾ। ਵੈਸੇ ਹੀ ਟੁੱਟ ਜਾਂਦਾ ਜੀ ਜਦੋਂ ਪਰਮਾਤਮਾ ਨਾਲ ਬੰਦਾ ਜੁੜ ਜਾਂਦਾ, ਕਿਹੜੀ ਚੀਜ਼ ਵਿਚਾਲੇ ਰਹਿਣੀ ਹੈ, ਉਹ ਕਿਸੇ ਦੇਹ ਨੂੰ ਕਿੱਥੇ ਵਿਚਾਲੇ ਲਿਆਏਗਾ, ਨਾ ਕੋਈ ਕਬਰ ਨਾ ਕੋਈ ਦਰਖਤ, ਕਿਹੜੀਆਂ ਚੀਜ਼ਾਂ ਦੇ ਮਗਰ ਤੁਰਿਆ ਫਿਰਿਆ ਕਹੋ, ਪਰ ਪਰਮਾਤਮਾ ਨਾਲ ਤਾਂ ਜੁੜੇ। ਆ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਇੱਕ ਘੜੀ ਨਾ ਮਿਲਦੇ, ਉਹ ਕਿਹੜੀ ਘੜੀ, ਕਿਵੇਂ, ਕਿਹਨੂੰ ਵੇਖਦੇ ਜੀ? ਹੁਣ ਕਈ ਬੰਦੇ ਅੱਖਾਂ ਬੰਦ ਕਰਕੇ ਇੱਦਾਂ ਇੱਦਾਂ ਕੋਈ ਕਿਸੇ ਦੀ ਫੋਟੋ ਸਾਹਮਣੇ ਲਈ ਆਉਂਦਾ, ਕੋਈ ਘੜੀ ਨਾ ਮਿਲਦੇ ਇੱਦਾਂ, ਇਹ ਨਹੀਂ। ਉਹ ਫੀਲ ਕਰਨਾ ਜਿਹੜਾ ਸਾਡਾ ਸਾਹ ਚਲਾ ਰਿਹਾ ਹੈ, ਜਿਹੜਾ ਦਿਲ ਧੜਕਾ ਰਿਹਾ ਹੈ, ਜਿਹੜਾ ਰੁੱਖ ਮਨੁੱਖ ਸਾਰਿਆਂ ਵਿੱਚ ਹੈ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ, ਉਹਨੇ ਤੁਹਾਨੂੰ ਨਸ਼ਾ ਜਿਹਾ ਚਾੜਨਾ, ਉਹਨੇ ਅੰਦਰੋਂ ਨਸ਼ਾ ਜਿਹਾ ਕਰ ਚਾੜ ਦੇਣਾ ਵੀ ਮਸਤੀ ਜਿਹੀ, ਖੇੜਾ ਜਿਹਾ ਅੰਦਰ, ਸਰੂਰ ਜਿਹਾ ਵੀ ਰੱਬ ਹਰ ਪਾਸੇ, ਯਾਰ ਮੇਰੇ ਵੀ ਵਿੱਚ ਹੈ। ਐਂ ਮਸਤ ਹੋ ਕੇ ਫਿਰ ਬੰਦਾ ਕੰਮ ਕਰਦਾ, ਤਿਊੜੀਆਂ ਤਿਹੜੀਆਂ ਨਹੀਂ ਪੈਣੀਆਂ, ਫਿਰ ਖਿਜਿਆ ਨਹੀਂ ਰਹਿਣਾ। ਸਧਾਰਨ ਦੀ ਗੱਲ ਕਰੋਗੇ ਪਰ ਖੁਸ਼ ਹੋ ਕੇ ਖੇੜੇ ਵਿੱਚ। ਇਸ ਕਰਕੇ ਉਹ ਜਿਹੜੀ ਮਸਤੀ ਚੜ੍ਹਨੀ ਚਾਹੀਦੀ ਹੈ ਨਾ, ਉਹਦੇ 'ਚ ਬੜੀ ਕਮੀ। ਮੈਂ ਇੱਥੇ ਨੋਟ ਕਰਦਾ, ਇੱਥੇ ਦੀ ਜਿਹੜਾ ਸਿਸਟਮ ਹੈ ਉਹਨੂੰ ਮੈਂ ਵੇਖ ਕੇ ਮੈਨੂੰ ਇੱਦਾਂ ਲੱਗਦਾ ਬਈ ਉਹ ਖੇੜਾ ਨਹੀਂ, ਉਹ ਮਸਤੀ ਨਹੀਂ। ਗਿਆਨ ਬਹੁਤ ਹੈ ਪਰ ਮਸਤੀ ਨਹੀਂ। ਖਿੜਿਆ ਖਿੜਿਆ ਚਾਹੀਦਾ ਸੀ ਗੁਰਸਿੱਖ, ਖਿੜਿਆ ਖਿੜਿਆ। ਆ ਗਿਆਨ ਦੀਆਂ ਗੱਲਾਂ
ਇਹ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਵੀ ਗੋਰੇ ਕਹਿਣਗੇ ਸੱਚ ਤੁਸੀਂ ਬੋਲਣਾ ਸਿੱਖਿਆ, ਅਸੀਂ ਤੇ ਸੱਚ ਬੋਲਦੇ ਹੀ ਹਾਂ। ਤੁਸੀਂ ਸਿੱਖਿਆ ਉਦਮ ਕਰੋ, ਅਸੀਂ ਪਹਿਲਾਂ ਹੀ ਕਰਦੇ ਹਾਂ। ਤੁਸੀਂ ਸਿੱਖਿਆ ਲੋਭ ਨਾ ਕਰੋ, ਅਸੀਂ ਤੇ ਪਹਿਲਾਂ ਹੀ ਨਹੀਂ ਕਰਦੇ। ਤੁਸੀਂ ਸਿੱਖਿਆ ਮੋਹ ਨਾ ਕਰੋ, ਅਸੀਂ ਤੇ ਪਹਿਲਾਂ ਹੀ ਨਹੀਂ ਕਰਦੇ। ਤੁਹਾਨੂੰ ਵਿਖਾਉਣਾ ਪੈਣਾ ਹੈ ਇੱਕ ਖੇੜਾ ਜਿਹਾ, ਇੱਕ ਰਸ, ਇੱਕ ਮਸਤੀ ਜਿਹੀ, ਜਿਹੜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਧਾਵੈ। ਅਗਲੀ ਪੰਕਤੀ ਹੈ ਕਰ ਕਰਨੀ, ਜਿਹੜੀ ਕਰਨੀ ਹੈ ਨਾ, ਇੱਥੇ ਰੁਕ ਗਏ ਅਸੀਂ। ਗਿਆਨ ਬਹੁਤ ਲੈ ਲਿਆ ਅਤੇ ਕੋਰੇ ਗਿਆਨ ਨੇ ਬੇੜਾ ਬਹਾ ਦਿੱਤਾ ਸਾਡਾ, ਬੇੜਾ ਗਰਕ ਕਰਤਾ। ਜਜ਼ਬਾਤ ਜਿਹੜੇ ਹੈ ਖਤਮ ਹੀ ਹੋ ਗਏ, ਸਪਰੈਸ ਹੋ ਗਏ। ਜਿਹੜੇ ਜਜ਼ਬਾਤ ਨੇ ਉਹ ਹੋਣੇ ਬੜੇ ਜ਼ਰੂਰੀ ਨੇ, ਉਹ ਪਿਆਰ, ਉਹ ਸ਼ਰਧਾ, ਉਹ ਰਸ ਅੰਦਰ ਹੋਣਾ ਜ਼ਰੂਰੀ ਹੈ। ਉਹਨੂੰ ਡਰਾਈਵ ਗਿਆਨ ਕਰੇ, ਉਹਨੂੰ ਡਰਾਈਵ ਕੋਈ ਬਾਬਾ ਨਾ ਕਰ ਜੇ ਵੀ ਤੇਰੀ ਜ਼ਮੀਨ 'ਤੇ ਕਬਜ਼ਾ ਕਰ ਜੇ। ਉਹਨੂੰ ਉਹਨੂੰ ਡਰਾਈਵ ਐਡਾ ਬੁੱਧੂ ਨਾ ਬਣ ਜੇ ਵੀ ਆਪਣੀ ਘਰ ਵਾਲੀ ਡੇਰੇ ਛੱਡਾਂ ਮੈਂ। ਛੱਡੀਆਂ ਨੇ ਇੱਥੇ ਲੋਕਾਂ ਨੇ, ਰੋਂਦੇ ਨੇ, ਅੱਜ ਭੁੱਬਾਂ ਮਾਰਦੇ ਹੈ, ਪਰ ਜਜ਼ਬਾਤ ਤੇ ਹੋਣੇ ਚਾਹੀਦੇ ਨੇ ਨਾ। ਇੱਥੇ ਕੀ ਹੋਇਆ, ਗਿਆਨ ਦੇ ਨਾਲ ਨਾਲ ਜਜ਼ਬਾਤ ਵੀ ਖਤਮ ਹੋ ਗਏ। ਉਹ ਜਿਹੜਾ ਸ਼ਰਧਾ ਸੀ ਉਹ ਖਤਮ ਹੀ ਹੋ ਗਈ। ਗਿਆਨ ਦੀਆਂ ਗੱਲਾਂ ਇੰਨੀਆਂ ਕਰੀ ਜਾਂਦਾ ਕਰੀ ਜਾਂਦਾ ਕਰੀ, ਉਹ ਅੰਦਰ ਜਿਹੜਾ ਪਿਆਰ ਸੀ, ਉਹਦਾ ਪੈਸ਼ਨ ਸੀ ਜਿਹੜਾ, ਉਹ ਖਤਮ ਹੋ ਗਿਆ। ਤਾਂ ਹੀ ਮੈਂ ਕਹਿੰਦਾ ਹੁੰਦਾ ਵੀ ਬਾਬਿਆਂ ਦੇ ਜਿਹੜੇ ਡੇਰਿਆਂ 'ਤੇ ਜਾਣ ਵਾਲੇ ਲੋਕ ਨੇ ਨਾ, ਉਹ ਬੜੇ ਕੰਮ ਦੇ ਨੇ ਗੁਰੂ ਦੇ। ਤੁਸੀਂ ਕਹੋਗੇ ਉਹ ਕਿਵੇਂ, ਟਾਈਮ ਉਹ ਪਹਿਲਾਂ ਹੀ ਕੱਢ ਲੈਂਦੇ ਆ, ਸਮਾਂ ਉਹ ਪਹਿਲਾਂ ਹੀ ਕੱਢਦੇ ਆ। ਪਹਿਲਾਂ ਬਾਬੇ ਪਿੱਛੇ ਮਰਦੇ ਸੀ, ਹੁਣ ਗੁਰੂ ਪਿੱਛੇ ਮਰਨਗੇ। ਆਖੋ ਸਤਨਾਮ। ਸੁੱਕੇ ਸੜਿਆਂ ਦਾ ਨਹੀਂ ਲੋੜ ਗੁਰੂ ਨੂੰ, ਸੁੱਕੇ ਪਏ ਆ ਜਿਹੜੇ ਅੰਦਰੋਂ, ਉਹ ਕਿਸੇ ਕੰਮ ਦੇ ਨਹੀਂ। ਉਹ ਤੁਸੀਂ ਬਾਬਿਆਂ ਦੇ ਚੇਲਿਆਂ ਨੂੰ ਵੇਖੋ, 3 ਵਜੇ ਉੱਠ ਕੇ ਬਹਿ ਜਾਂਦੇ। ਬਾਬਾ ਜੀ ਨੇ ਕਿਹਾ 3 ਵਜੇ ਕਿਸੀ ਨਾ ਕੇ ਬਹਿਣਾ, ਬਹਿੰਦੇ ਆ। ਅਗਲੇ 2 ਵਜੇ ਚੌਂਕੜਾ ਮਾਰ ਕੇ ਬਹਿ ਜਾਂਦੇ। ਬਾਬਿਆਂ ਦੇ ਚੇਲਿਆਂ ਨੂੰ ਵੇਖੋ, ਫੱਟ ਸਾਰਾ ਕੁਛ ਕਰਦੇ, ਐਂ ਕਰਨਾ, ਐਂ ਐਂ ਚੁਟਕੀਆਂ 'ਤੇ ਚੱਲਦੇ ਆ, ਜਿਵੇਂ ਜਿਵੇਂ ਚਲਾਉਂਦੇ ਆ ਉਂਗਲਾਂ 'ਤੇ ਨੱਚਦੇ ਆ। ਉਹ ਨੱਚਣ ਵਾਲਾ ਬੰਦਾ ਹੋਵੇ ਬਸ, ਹੁਣ ਗੁਰੂ ਦੇ ਇਸ਼ਾਰਿਆਂ 'ਤੇ ਨੱਚੇ। ਪੈਸਾ ਉਹ ਪਹਿਲਾਂ ਹੀ ਕੱਢਦੇ ਸੀ, ਪੈਸਾ ਪਹਿਲਾਂ ਕੱਢਦੇ ਸੀ, ਪਹਿਲਾਂ ਮਾਇਆ ਕੱਢਦੇ ਸੀ ਅਤੇ ਮਾਇਆ ਕੱਢ ਕੇ ਫਿਰ ਉਹ ਦਿੰਦੇ ਸੀ ਉੱਥੇ। ਹੁਣ ਉਹ ਸਹੀ ਤਰੀਕੇ ਨਾਲ, ਪੈਸਾ ਉਵੇਂ ਹੀ ਕੱਢਣਾ ਚਾਹੀਦਾ ਪਰ ਉਹਨੂੰ ਸਹੀ ਤਰੀਕੇ ਨਾਲ ਵਰਤਣ ਲੱਗ ਪਿਆ। ਹੁਣ ਕੀ ਹੋ ਗਿਆ, ਹੁਣ ਅਗਲਾ ਕਹਿੰਦਾ ਟਾਈਮ ਕੱਢਣ ਦੀ ਵੀ ਲੋੜ ਨਹੀਂ, ਸਵੇਰੇ ਉੱਠਣ ਦਾ ਵੀ ਕੰਮ ਖਤਮ ਹੋ ਗਿਆ ਅਤੇ ਪੈਸੇ ਕੱਢਣ ਦੀ ਵੀ ਲੋੜ ਨਹੀਂ ਪੈਣੀ, ਹੁਣ ਸਾਰਾ ਕੁਛ ਹੀ ਖਤਮ ਹੀ ਕਰ ਲਿਆ। ਗੱਲਾਂ ਗਿਆਨ ਦੀਆਂ ਹੀ ਸੀ ਇੱਥੇ ਕਰਦੇ। ਕੱਲ੍ਹ ਵੀ ਅਸੀਂ ਜਿੱਦਾਂ ਗੱਲ ਮੈਂ ਕਰਦਾ ਸੀ, ਕਮੇਟੀ ਵਾਲੇ ਵੀਰ ਬੈਠੇ ਸੀ ਉਹਨਾਂ ਨਾਲ ਗੱਲ ਕਰਦੇ ਸੀ ਵੀ ਇੱਦਾਂ ਵੇਖੋ ਨਾ, ਗੱਲਾਂ ਗਿਆਨ ਦੀਆਂ ਬੰਦਾ ਕਰ ਰਿਹਾ, ਮਿਹਨਤ ਕਰਨ ਵਾਲਾ ਬੰਦਾ, ਮਿਹਨਤੀਆਂ ਦੀ ਲੋੜ ਹੈ ਇੱਥੇ, ਇੱਦਾਂ ਖੜਾ ਕਰਦਾ, ਇੱਦਾਂ ਵੇਖਿਓ ਸੁਣਿਓ, ਇੱਦਾਂ ਕਰਦਾ, ਗੱਲਾਂ ਇੱਦਾਂ ਕਰਦੇ ਨੇ ਇੱਥੇ। ਯਾਰ ਪ੍ਰਸ਼ਾਦਾ ਵਧੀਆ ਤੋਂ ਵਧੀਆ ਚਾਹੀਦਾ, ਸਬਜ਼ੀ ਐਂ ਹੋਵੇ ਵੀ ਮਸਮਹਿਕਾਂ ਆਉਣ, ਇੱਦਾਂ ਲੱਗੇ ਵੀ 2-3 ਸਬਜ਼ੀਆਂ ਵੀ ਸਵਾਦ ਆ ਜੇ ਇੱਕ ਵਾਰੀ, ਲੰਗਰ ਇੱਦਾਂ ਦਾ ਚਾਹੀਦਾ, ਇੱਦਾਂ ਗੱਲਾਂ। ਅਤੇ ਜੇ ਉਹੀ ਬੰਦਾ ਕਮੇਟੀ ਦੇ ਵਿੱਚ ਇੱਦਾਂ ਗੱਲ ਕਰ ਰਿਹਾ ਹੁੰਦਾ ਨਾ ਵੀ ਲੰਗਰ ਐਂ ਹੋਵੇ, ਐਂ ਕਰੋ ਐਂ ਕਰੋ, ਉਹੀ ਬੰਦਾ ਜਦੋਂ ਲੰਗਰ 'ਚ ਚੱਲਿਆ ਜਾਵੇ ਜਿੱਥੇ ਬਣਦਾ ਉੱਥੇ ਬੜਾ ਖੜਾ, ਪਤਾ ਕੀ ਕਰੀ ਜਾਏਗਾ, ਯਾਰ ਪਿਆਜ਼ ਛਿੱਲੀ ਕਿਵੇਂ ਜਾਂਦੇ, ਉਹ ਅੱਖਾਂ 'ਚੋਂ ਪਾਣੀ ਆਈ ਜਾਂਦਾ, ਯਾਰ ਕਿਵੇਂ ਕਰੀ ਜਾਂਦੇ ਹੋ ਤੁਸੀਂ। ਉਹੀ ਬੰਦਾ ਜਿਹੜਾ ਅੰਦਰ ਕਮੇਟੀ 'ਚ ਗੱਲਾਂ ਕਰਕੇ ਆਇਆ ਸੀ ਵੀ ਵਧੀਆ ਤੋਂ ਵਧੀਆ ਪ੍ਰਸ਼ਾਦ, ਹੁਣ ਉਹਨੂੰ ਹੱਕ ਹੈ ਉਹੋ ਜਿਹੀਆਂ ਗੱਲਾਂ ਕਰਨ ਦਾ, ਡੱਕਾ ਤੋੜ ਕੇ ਜਿੰਨੇ ਦੂਰਾ ਨਹੀਂ ਕਰਨਾ। ਅਤੇ ਤੁਸੀਂ ਵੇਖੋਗੇ ਜਿਹੜਾ ਬੰਦਾ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ, ਕਮੇਟੀਆਂ 'ਚ ਬਹਿ ਕੇ ਸਭ ਤੋਂ ਵੱਧ ਗੱਲਾਂ ਉਹ ਮਾਰਦਾ, ਸਲਾਹ ਉਹ ਦਿੰਦਾ, ਪੜਦਾ ਨਹੀਂ ਉਹ ਕਦੇ ਇੱਥੇ ਬਹਿ ਕੇ ਇੱਦਾਂ, ਯਾਰ ਹਾਲ ਹੈ ਇੱਦਾਂ ਬਣਾਉਣਾ ਆਪਾਂ, ਫਿਰ ਐਂ ਗੱਲਾਂ ਕਰ ਗਿਆ ਹੋਣਾ, ਮੁੜ ਕੇ ਵੇਖਿਆ ਵੀ ਨਹੀਂ ਹੋਣਾ ਵੀ ਕੀ ਬਣਿਆ ਇੱਥੇ, ਗੇੜਾ ਵੀ ਨਹੀਂ ਮਾਰਦੇ, ਪੰਜੀ ਉਹਨੇ ਦਿੱਤੀ ਨਹੀਂ ਹੋਣੀ, ਗੱਲਾਂ ਸਭ ਤੋਂ ਵੱਧ ਮਾਰੂ। ਤਾਂ ਕਰਕੇ ਪਿਆਰੇ ਉਹ ਜਜ਼ਬਾਤ ਕਿੱਧਰ ਚਲੇ ਗਏ ਸਾਡੇ, ਭੱਜ ਭੱਜ ਸੇਵਾ ਤਾਂ ਉਵੇਂ ਹੀ ਕਰਨੀ ਸੀ ਜਿਹੜੀ ਕਰਦਾ ਸੀ, ਅਤੇ ਜਿਹੜਾ ਨਿਕੰਮਾ ਉੱਧਰ ਵੀ ਨਿਕੰਮਾ ਸੀ ਉਹ ਇੱਧਰ ਵੀ ਨਿਕੰਮਾ ਹੀ ਹੈ, ਕੋਈ ਉਹਦਾ ਅਰਥ ਨਹੀਂ। ਮੈਂ ਬੇਨਤੀ ਕਰਦਾ ਸੁੱਕੇ ਜੇ ਨਾ ਬਣੋ ਪਿਆਰੇ, ਰੁੱਖਾ ਰੁੱਖਾ ਜਿਹਾ ਹੋਈ ਜਾਂਦਾ ਸਾਰਾ ਕੁਛ। ਇਹ ਮੈਂ ਨੋਟ ਕੀਤੀ ਹੈ ਗੱਲ, ਮੈਂ ਤੁਹਾਨੂੰ ਤਾਂ ਕਹੀ ਹੈ, ਰੁੱਖਾ ਰੁੱਖਾ ਜਿਹਾ ਹੋਈ ਜਾਂਦਾ ਅਤੇ ਇਹਨੇ ਬੜਾ ਨੁਕਸਾਨ ਕਰਨਾ ਸਾਡਾ, ਸਭ ਕੁਝ ਖਤਮ ਹੁੰਦਾ ਜਾਏਗਾ।
ਕੋਰਾ ਗਿਆਨ ਨਹੀਂ ਚਾਹੀਦਾ, ਜਜ਼ਬਾਤ ਹੋਣੇ ਬੜੇ ਜ਼ਰੂਰੀ ਹੈ। ਪਰ ਜਜ਼ਬਾਤੀ ਹੋ ਕੇ ਬੰਦਾ ਕਿਸੇ ਦੇ ਪੈਰਾਂ 'ਚ ਡਿੱਗਦਾ ਫਿਰੇ ਐਵੇਂ ਥਾਂ ਥਾਂ 'ਤੇ, ਉਹ ਕੰਮ ਗਲਤ ਹੈ। ਪਰ ਜਜ਼ਬਾਤਾਂ ਨੂੰ ਗਿਆਨ ਡਰਾਈਵ ਕਰੇ, ਇਹ ਚੇਤਾ ਰੱਖਿਓ, ਬਹੁਤ ਜ਼ਰੂਰੀ ਨੁਕਤਾ ਹੈ। ਇਹ ਤਾਂ ਸੁੱਕਾ ਪਿਆ ਕੰਮ ਸਾਰਾ।